ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਕੋਈ ਇਹ ਨਾ ਪੁੱਛੇ ਵੀ ਤੁਹਾਡਾ ਸਟੇਟਸ ਕੀ ਹੈ ਥੋੜੇ ਮਤਲਬ ਸਟੇਟਸ ਕਹਿੰਦਾ ਮਤਲਬ ਇਹ ਹੈ ਵੀ ਤੁਹਾਡਾ ਕਿੰਨਾ ਕੁ ਬੈਂਕ ਬੈਲੈਂਸ ਹੈ ਕਿ ਇਹ ਚੀਜ਼ਾਂ ਪੁੱਛਣਾ ਨਾ ਬੰਦੇ ਦਾ ਕੰਮ ਬੋਲੇ ਵੀ ਹਾਂ ਭਾਈ ਇਹਨੇ ਇੰਨਾ ਕੁਝ ਕਮਾ ਲਿਆ ਜ਼ਿੰਦਗੀ ਦੇ ਵਿੱਚ ਉਮਰ ਮੈਟਰ ਨਹੀਂ ਕਰਨੀ ਉੱਥੇ ਉੱਥੇ ਸਿਰਫ ਬੰਦੇ ਦਾ ਇਹ ਲੱਗੇ ਵੀ ਤੁਰਿਆ ਜਾਂਦਾ ਹਾਂ ਵੀ ਉਹ ਫਲਾਣਾ ਬੰਦਾ ਜਾਂਦਾ ਉਹਨੇ ਆਹ ਕਰਿਆ ਆਪਣੀ ਜ਼ਿੰਦਗੀ ਦਾ ਅਚੀਵ ਉਹ ਚੀਜ਼ਾਂ ਤੇ ਮਤਲਬ ਗੌਰ ਕਰੋ ਹਨਾ ਔਰ ਇਹ ਹਾਰਡਵਰਕ ਕਈ ਵਾਰੀ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕੰਮ ਨਾ ਕਰੀਏ ਜਾਂ ਥੱਕ ਜਾਂਦਾ ਬੰਦਾ ਫਿਰ ਇਹ ਚੀਜ਼ ਸੋਚਦੀ ਹੈ ਵੀ ਆਪਣੇ ਪੇਰੈਂਟਸ ਵੀ ਤਾਂ ਥੱਕੇ ਹਾਰੇ ਸੌਂਦੇ ਆ ਫਿਰ ਵੀ ਉੱਠ ਕੇ ਉਹਨਾਂ ਨੂੰ ਜਾਣਾ ਬੰਦਾ ਚ ਲੈ ਕੇ ਅਸੀਂ ਫਿਰ ਕੰਮ ਨੂੰ ਚੱਲ ਪੈਂਦੇ ਆਂ ਵੀ ਦੇਖ ਰਹੀ ਸੀ ਵੀ ਕੁਝ ਨਾ ਕੁਝ ਹੋਵੇ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਹੈਗਾ ਵੀ ਪਰ ਵਧੀਆ ਕਰਨਾ ਹੈ ਕੁਝ ਲੋਕਾਂ ਤੋਂ ਵੱਖਰਾ ਮੈਨੂੰ ਦੇਖ ਲੋ ਕੰਮ ਨੂੰ ਦੇਖ ਲੋ ਕੱਲ ਨੂੰ ਮਤਲਬ ਇਹ ਨਾ ਕਿਉਂ ਵੀ ਹਾਰਡ ਵਰਕ ਹੈ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਮੈਨੂੰ ਹਾਰਡ ਵਰਕ ਕੀ ਕਰਨਾ ਪਸੰਦ ਹੈ ਜਾਨੀ ਕਿ ਉਹ ਕੰਮ ਜਿਹੜਾ ਲੋਕ ਐ ਕਹਿੰਦੇ ਨੇ ਮੈਂ ਇਹ ਨਹੀਂ ਕਰ ਸਕਦਾ ਤੁਸੀਂ ਉਹ ਕੰਮ ਕਰਨਾ ਮੈਨੂੰ ਬਹੁਤ ਪਸੰਦ ਆਉਂਦੇ ਨੇ ਪਰ ਜਦੋਂ ਅਸੀਂ ਡੈਡੀ ਨਾਲ ਗੱਲ ਕਰਦੇ ਹੁੰਦੇ ਸੀਗੇ ਤਾਂ ਡੈਡੀ ਇਹ ਹੀ ਕਹਿੰਦੇ ਹੁੰਦੇ ਸੀ ਮਨਪ੍ਰੀਤ ਵੀ ਜੇ ਤੂੰ ਅੱਜ ਕੋਈ ਹਾਰਡ ਵਰਕ ਕਰ ਲਿਆ ਤਾਂ ਤੇਰਾ ਕੱਲ ਆਉਣ ਵਾਲਾ ਬਹੁਤ ਸੌਖਾ ਹੋਊਗਾ ਜਿਵੇਂ ਕਿ ਕੱਲ ਤੇਰੇ ਵਾਸਤੇ ਅੱਜ ਬਹੁ ਚਲ ਰਿਹਾ ਹੈ ਕਾਨੂੰ ਤੂੰ ਵਧੀਆ ਟਾਈਮ ਸਪੈਂਡ ਕਰ ਸਕਿਆ ਆਂ ਆਪਦੀ ਜ਼ਿੰਦਗੀ ਦੇ ਅੱਗੇ ਵਧਦੇ ਰਹੀਏ ਮਤਲਬ ਇੱਥੋਂ ਅਸੀਂ ਜਦੋਂ ਵੀ ਜਾਈਏ ਅਸੀਂ ਇੱਕ ਕੰਮ ਚ ਮਾਹਰ ਹੋ ਕੇ ਨਾ ਜਾਈਏ ਮਤਲਬ ਜੇ ਸਾਨੂੰ ਇੱਕ ਕੰਮ ਨਹੀਂ ਆਉਂਦਾ ਸੀ ਅਗਲੇ ਨੂੰ ਐਂ ਕਹਿ ਦਈਏ ਵੀ ਸਾਨੂੰ ਦੂਜਾ ਕੰਮ ਆਉਂਦਾ ਅਸੀਂ ਮਤਲਬ ਇੰਨਾ ਕਿ ਮਸ਼ੀਨਾਂ ਦੇ ਵਿੱਚ ਖੇਡ ਲਈਏ ਕਿ ਕਿੱਥੇ ਵੀ ਸਾਨੂੰ ਕਹਿਦਣ ਕਿ ਤੁਸੀਂ ਆਹ ਮਸ਼ੀਨ ਆਪਰੇਟ ਕਰਨੀ ਉੱਥੇ ਐਂ ਨਾ ਕਹੀਏ ਵੀ ਨਾ ਸਾਨੂੰ ਆਉਂਦੀ ਨਹੀਂ ਮਤਲਬ ਅਸੀਂ ਐਂ ਕਹਈਏ ਵੀ ਹਾਂ ਸਾਨੂੰ ਆਹ ਮਸ਼ੀਨ ਆਉਂਦੀ ਹੈ ਕੰਮ ਚ ਨਹੀਂ ਪਰਫੈਕਟ ਹੋਣਾ ਮਰਬੀ ਦੀ ਉਮਰ ਛੋਟੀ ਜੀ ਆ ਤੇ ਸੱਪਨੇ ਬਹੁਤ ਵੱਡੇ ਵੱਡੇ ਕਿੱਥੋਂ ਕੋਈ ਪ੍ਰੇਰਨਾ ਸਰੋਤ ਕਹਾਣੀ ਸੁਣੀ ਹੋਈ ਹੈ ਤੁਸੀਂ ਨੇ ਜਾਂ ਕੋਈ ਮਨ ਦੇ ਵਿੱਚ ਇੱਕ ਵੱਡਾ ਸੁਪਨਾ ਕ੍ਰੀਏਟ ਕੀਤਾ ਹੋਇਆ ਹੈ ਨੇ ਸਰ ਕਹਾਣੀ ਤਾਂ ਕੀ ਹੈ ਮਤਲਬ ਕੀ ਨਾ ਕੁਝ ਕੁਝ ਐਜੇ ਸਿਚੁਏਸ਼ਨਾਂ ਹੋ ਜਾਂਦੀਆਂ ਨੇ ਜਿਹੜਾ ਬੰਦੇ ਨੂੰ ਮਤਲਬ ਸੋਚਣ ਦੇ ਮਜਬੂਰ ਕਰ ਦਿੰਦੇ ਨੇ ਜਾਂ ਕੁਝ ਮੇਰੇ ਛੋਟੇ ਹੁੰਦੇ ਤਾਂ ਇਹ ਸਭ ਤੋਂ ਅਲੱਗ ਰਹੇ ਨੇ ਡ੍ਰੀਮ ਬਹੁਤੇ ਖਰਾਬ ਰਿਹਾ ਮਤਲਬ ਕਿ ਸਾਡੇ ਆਣ ਗਵਣ ਦੀ ਮੈਂ ਗੱਲ ਕਰਾਂ ਮਤਲਬ ਲਾਈਕ ਉਹ ਐਂ ਕਹਿੰਦੇ ਸੀ ਵੀ ਜਸਟ ਪਲੱਸ 2 ਹੋ ਗਈ ਵੀ ਇਹਦੇ ਘਰ ਦੇ ਹਾਲ ਤਾਂ ਠੀਕ ਨਹੀਂ ਹੈਗੇ ਤਾਂ ਕੁੜੀ ਨੂੰ ਵਿਆਹ ਦੋ ਮਤਲਬ ਕਿ ਬਸ ਮਤਲਬ ਉਹਦੇ ਅੱਗੇ ਘਰੇ ਜਾਊਗੀ ਉੱਥੇ ਨੇ ਰੋਟੀਆਂ ਹੀ ਪਕਾਉਣੀਆਂ ਨੇ ਹੋਰ ਤਾਂ ਕੰਮ ਕਰਨਾ ਹੀ ਕੀ ਆ ਨੇ ਤੇ ਸਾਡੇ ਜਿਹੜੇ ਰਿਸ਼ਤੇਦਾਰਾਂ ਦਾ ਸੀ ਉਹਨਾਂ ਦੇ ਸੀਗਾ ਵੀ ਜ਼ਿਆਦਾ ਨਹੀਂ ਤਾਨੂੰ ਆਇਲਸ ਕਰਾ ਵੀ ਕੋਈ ਵਧੀਆ ਮੁੰਡਾ ਮਿਲ ਜਾਊਗਾ ਪੈਸਾ ਲਾ ਕੇ ਉਹਨੂੰ ਬਾਹਰ ਤੋਰ ਦੋ ਪਰ ਮੇਰੇ ਡੈਡੀ ਨੇ ਇਹ ਸੋਚਿਆ ਸੀਗਾ ਵੀ ਨਹੀਂ ਅਗਰ ਮੇਰੇ ਬੱਚੇ ਮਤਲਬ ਉਹਨਾਂ ਦਾ ਮੈਂ ਇਹ ਸੋਚ ਲਿਆ ਮੇਰੇ ਡੈਡੀ ਜਿਹੜੇ ਡ੍ਰੀਮ ਨਹੀਂ ਪੂਰੇ ਕਰ ਸਕਿਆ ਮੈਂ ਕਰਨੇ ਆ ਉਹਨਾਂ ਦੇ ਮੇਰੇ ਡੈਡੀ ਇਹ ਸੋਚਦੇ ਨੇ ਕਿ ਮੇਰੇ ਬੱਚੇ ਇੱਕ ਇਹੋ ਜਿਹਾ ਮਕਾਮ ਤੇ ਪਹੁੰਚ ਜਾਣ ਵੀ ਉਹਨਾਂ ਤੋਂ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਡਣਾ ਵੀ ਵੀ 10 ਰੁਪਏ ਵੀ ਦੇ ਦੋ ਮਤਲਬ ਕਿ ਅਸੀਂ ਆਪਦੇ ਡ੍ਰੀਮਸ ਪੂਰੇ ਕਰਨੇ ਨੇ ਉਹਨਾਂ ਨੂੰ ਵਧੀਆ ਲਾਈਫ ਦੇਣੀ ਹੈ ਦੋਸਤੋ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਥਾਂ ਲਈ ਕਿ ਅਸੀਂ ਨੇ ਕਾਮਯਾਬ ਹੋਣਾ ਤਾ ਕਿੰਨੇ ਵੀ ਡੀਕੇ ਆ ਜਾਣਾ ਕਿਦਾਂ ਦਾ ਵੀ ਮੌਸਮ ਹੋ ਜੇ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਜਦੋਂ ਇੱਕ ਮੰਨ ਦੇ ਵਿੱਚ ਇਰਾਦਾ ਧਾਰ ਲੈ ਕੇ ਅਸੀਂ ਕਾਮਯਾਬ ਹੋ ਕੇ ਹਟਣਾ ਤਾਂ ਸਾਨੂੰ ਕਾਮਯਾਬੀ ਤੋਂ ਬਿਨਾ ਕੋਈ ਵੀ ਨਹੀਂ ਰੋਕ ਸਕਦਾ ਤੇ ਚਾਹੇ ਕੰਮ ਔਖਾ ਹੋਵੇ ਸੌਖਾ ਹੋਵੇ ਜਿੱਥੇ ਅਸੀਂ ਕਹਿ ਦਿੰਦੇ ਹਾਂ ਕਿ ਹਾਂ ਕੁੜੀਆਂ ਬਹੁਤੇ ਔਖੇ ਕੰਮ ਨਹੀਂ ਕਰ ਸਕਦੀਆਂ ਅੱਜ ਅਸੀਂ ਤੁਹਾਡੇ ਨਾਲ ਇੱਕ ਨੌਜਵਾਨਾਂ ਬੇਟੀ ਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਇੱਕ ਇਲੈਕਟ੍ਰੀਕਲ ਇੰਜੀਨੀਅਰ ਵੀ ਕਹਿਦੀ ਹੈ ਮਕੈਨੀਕਲ ਕਹਿਦੀ ਹੈ ਹੋਰ ਬਹੁਤ ਸਾਰੀਆਂ ਟ੍ਰੇਡ ਹੁੰਦੀਆਂ ਨੇ ਤੇ ਬਹੁਤ ਜ਼ਿਆਦਾ ਹਾਰਡ ਵਰਕ ਕਰ ਰਹੇ ਨੇ ਜਿੱਥੇ ਹਾਰਡ ਵਰਕ ਕਰ ਰਹੇ ਨੇ ਉਥੇ ਨਾਲ ਨਾਲ ਉਹਨਾਂ ਨੂੰ ਇੱਕ ਪਲ-ਪਲ ਤੇ ਖਤਰਾ ਵੀ ਆ ਜੇ ਅਸੀਂ ਮੜੀ ਵੀ ਅੱਖ ਨੂੰ ਪਰਾਂ ਚਮਕਾ ਲਈਏ ਤਾਂ ਪਤਾ ਨਹੀਂ ਕਿੱਡਾ ਕ ਹਾਸਾ ਹੋ ਸਕੇ ਇੰਨੀ ਜ਼ਿਆਦਾ ਆ ਹੁਣ ਆਪਾਂ ਤੁਹਾਡੇ ਉਹਨਾਂ ਨਾਲ ਮੁਲਾਕਾਤ ਕਰਾਉਣੀ ਆ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਵਧੀਆ ਦਾ ਜੀ ਵਧੀਆ ਕੰਟਰੋਲ ਪ੍ਰਾਈਵੇਟ ਲਿਮਟਿਡ ਧੂਰੀ ਕੱਕੜਵਾਲ ਜੀ ਇੱਥੇ ਅਸੀਂ ਰਹਿ ਰਹੇ ਆ ਫਿਲਹਾਲ ਹਾਂਜੀ ਇੱਥੇ ਤੁਹਾਨੂੰ ਆਉਣ ਦਾ ਸਬਬ ਕਿਵੇਂ ਬਣਿਆ ਜੀ ਤੇ ਮਤਲਬ ਵੀ ਦੇਖ ਰਹੀ ਸੀ ਵੀ ਕੁਝ ਨਾ ਕੁਝ ਹੋਵੇ ਆਪਣੀ ਲਾਈਫ ਦੇ ਵਿੱਚ ਕੁਝ ਕਰਨਾ ਹੈਗਾ ਵੀ ਪਰ ਵਧੀਆ ਕਰਨਾ ਹੈ ਕੁਝ ਲੋਕਾਂ ਤੋਂ ਵੱਖਰਾ ਤੇ ਮੇਰੇ ਪਾਪਾ ਦਾ ਬੇਸਿਕਲੀ ਡ੍ਰੀਮ ਸੀਗਾ ਕਿ ਉਹ ਸਾਨੂੰ ਆਈਟੀਆਈ ਮਤਲਬ ਐਸ ਲਾਈਨ ਦੇ ਵਿੱਚ ਪਾਉਣ ਵੀ ਆਈਟੀਆਈ ਕਰਾਉਣ ਇਲੈਕਟ੍ਰੀਕਲ ਲਾਈਨ ਦੇ ਵਿੱਚ ਅਸੀਂ ਜਾਈਏ ਤੇ ਉਹਨਾਂ ਨੇ ਨਾ ਕਾਫੀ ਟਾਈਮ ਤੋਂ ਆਪਣੇ ਜੈ ਸਿੰਘ ਸਰ ਦੇ ਵੀਡੀਓਜ਼ ਦੇਖਦੇ ਹੁੰਦੇ ਸੀ ਉਹ ਕਹਿੰਦੇ ਵੀ ਤੁਹਾਨੂੰ ਐਸ ਲਾਈਨ ਦੇ ਵਿੱਚ ਪਾ ਦਈਏ ਉਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਉੱਥੇ ਵਿਜ਼ਿਟ ਕਰਵਾਇਆ ਸੀਗਾ ਵੀ ਤੁਸੀਂ ਇਹ ਲਾਈਨ ਨੂੰ ਦੇਖ ਲਓ ਕੰਮ ਨੂੰ ਦੇਖ ਲਓ ਕੱਲ ਨੂੰ ਮਤਲਬ ਇਹ ਨਾ ਕਿਹਾ ਵੀ ਹਾਰਡ ਵਰਕ ਹੈ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਮੈਨੂੰ ਹਾਰਡਵਰਕ ਕੀ ਕਰਨਾ ਪਸੰਦ ਆ ਯਾਨੀ ਕਿ ਉਹ ਕੰਮ ਜਿਹੜਾ ਲੋਕ ਐ ਕਹਿੰਦੇ ਨੇ ਮੈਂ ਇਹ ਨਹੀਂ ਕਰ ਸਕਦਾ ਤੁਸੀਂ ਉਹ ਕੰਮ ਕਰਨਾ ਮੈਨੂੰ ਬਹੁਤ ਪਸੰਦ ਆ ਨੇ ਤੇ ਉਸ ਤੋਂ ਬਾਅਦ ਮੇਰੇ ਪਾਪਾ ਸਾਨੂੰ ਕਹਿੰਦੇ ਵੀ ਤੁਸੀਂ ਇੱਕ ਵਾਰ ਦੇਖ ਲਓ ਅਸੀਂ ਇੱਥੇ ਆਏ ਮੈਨੂੰ ਕੰਮ ਵਧੀਆ ਲੱਗਿਆ ਵੀ ਹਾਂ ਅਸੀਂ ਕਰ ਲਾਂਗੇ ਇਸ ਕੰਮ ਨੂੰ ਆਉਂਦੇ ਹੋਏ ਪਹਿਲੀ ਪਹਿਲੀ ਵਾਰ ਤਾਂ ਆਇਆ ਵੀ ਹਨਾ ਥੋੜਾ ਜਿਹਾ ਡਰ ਜਿਹਾ ਲੱਗਿਆ ਵੀ ਕਿਵੇਂ ਕਰਾਂਗੇ ਅਸੀਂ ਕੰਮ ਕਿੱਦਾਂ ਕਰਾਂਗੇ ਪਰ ਹੌਲੀ ਹੌਲੀ ਜਿਵੇਂ ਜਿਵੇਂ ਸਾਨੂੰ ਕੰਮ ਦਾ ਬਣਦਾ ਗਿਆ ਅਸੀਂ ਕੰਮ ਸਿੱਖਦੇ ਗਏ ਹਾਂਜੀ ਐਕਸਪੀਰੀਅੰਸ ਹੁੰਦਾ ਗਿਆ ਹਾਂਜੀ ਐਕਸਪੀਰੀਅੰਸ ਵੀ ਹੁੰਦਾ ਗਿਆ ਤੇ ਕੌਨਫੀਡੈਂਸ ਵੀ ਬਿਲਡ ਹੁੰਦਾ ਗਿਆ ਵੀ ਅਸੀਂ ਕੰਮ ਕਰ ਲਾਂਗੇ ਤਾਂ ਉਦਾਂ ਅਸੀਂ ਕੰਮ ਵੀ ਕਰਨਾ ਸ਼ੁਰੂ ਕਰਤਾ ਔਰ ਬੇਸਿਕਲੀ ਸਾਡੇ ਫਾਦਰ ਸਾਹਿਬ ਨੇ ਮਤਲਬ ਜ਼ਿਆਦਾ ਮੋਟੀਵੇਟ ਕੀਤਾ ਸਾਨੂੰ ਇਸ ਲਾਈਨ ਦੇ ਵਿੱਚ ਆਉਣ ਲਈ ਹਾਂਜੀ ਅਗਰ ਮੈਂ ਕਹਾਂ ਵੀ ਉਹਨਾਂ ਨੇ ਸਾਨੂੰ ਭੇਜਿਆ ਸੀ ਇੱਥੇ ਠੀਕ ਆ ਹਾਂਜੀ ਨੀ ਜਿੱਥੇ ਤੁਸੀਂ ਇੰਨਾ ਹਾਰਡਵਰਕ ਕਰ ਰਹੇ ਹੋ ਕਦੇ ਮਨ ਦੇ ਵਿੱਚ ਤੁਹਾਨੂੰ ਮਤਲਬ ਆਪਾਂ ਜੇ ਸਟਾਰਟਿੰਗ ਦੀ ਗੱਲ ਕਰੀਏ ਥੋੜਾ ਜਿਹਾ ਕਿੰਨਾ ਕੁ ਟਾਈਮ ਹੋ ਕੰਮ ਸਿੱਖਦੇ ਮੈਨੂੰ ਸਰ ਇੱਥੇ 1 ਸਾਲ ਹੋ ਗਿਆ ਲਗਭਗ ਕੰਮ ਔਰ ਮੇਰੀ ਆਈਟੀਆਈ ਹੋ ਗਈ 1 ਸਾਲ ਦੀ ਬੈਲਡਰ ਦੀ ਆਈਟੀਆਈ ਹਾਂਜੀ ਹੁਣ ਮੈਂ ਇਲੈਕਟ੍ਰੀਕਲ ਦੀ ਆਈਟੀਆਈ ਕਰ ਰਹੀ ਹਾਂ ਠੀਕ ਹੈ ਹਾਂ ਜੀ ਨਾਲ ਨਾਲ ਮੇ ਸਟੱਡੀ ਚੱਲ ਰਹੀ ਹੈ ਮਤਲਬ ਕਿ ਸਾਨੂੰ ਪ੍ਰੈਕਟੀਕਲ ਪੜਾਇਆ ਜਾ ਰਿਹਾ ਨਾਲ ਹੀ ਥਿਓਰੀਕਲ ਅਸੀਂ ਜਿਆਦਾ ਥਿਓਰੀਕਲ ਕੰਮ ਵੀ ਕਰਦੇ ਪ੍ਰੈਕਟੀਕਲ ਜਿਆਦਾ ਸਾਡੇ ਹੱਥਾਂ 'ਚੋਂ ਨਿਕਲ ਰਿਹਾ ਯਾਨੀ ਕਿ ਥਿਓਰੀ ਸਾਡੀ ਕਲਾਸ ਲੱਗਦੀ ਹੈ ਪ੍ਰੈਕਟੀਕਲ ਸਾਨੂੰ ਨੀਚੇ ਕਰਵਾਇਆ ਜਾਂਦਾ ਵਰਕਸ਼ਾਪ ਦੇ ਵਿੱਚ ਠੀਕ ਹੈ ਨਹੀਂ ਜਿੱਦਾਂ ਫਾਦਰ ਸਾਹਿਬ ਲੈ ਕੇ ਆਏ ਸੀ ਤੁਹਾਨੂੰ ਇੱਕ ਚੰਬਾ ਜ ਨਹੀਂ ਲੱਗਿਆ ਵੀ ਅਸੀਂ ਕੀ ਇੱਕ ਫੈਕਟਰੀ ਦੀ ਚ ਆ ਗਏ ਇੱਥੇ ਸਰਦਨ ਇੰਨੀਆਂ ਆਵਾਜ਼ਾਂ ਤੇ ਸਾਰਾ ਦਿਨ ਮਤਲਬ ਲੋਹੇ ਨਾਲ ਘੋਲਣ ਵਾਲਾ ਕੰਮ ਹੋ ਗਿਆ। ਕਈ ਵਾਰੀ ਹਾਰਡ ਕੰਮ ਵੀ ਹੁੰਦਾ। ਸੌਫਟ ਦਾ ਕੰਮ ਹੈ ਹੀ ਨਹੀਂ ਕਿਉਂਕਿ ਆਪਣੀ ਲੋਕੇਸ਼ਨ ਇਦਾਂ ਦੀ ਹੋ ਗਈ। ਹਾਂਜੀ ਤੇ ਫਿਰ ਉਹ ਚੀਜ਼ ਨੂੰ ਕਿਵੇਂ ਫੇਸ ਕੀਤਾ ਤੇ ਕਿਵੇਂ ਆਪਣੇ ਆਪ ਨੂੰ ਢਾਲ ਰਹੇ ਹੋ? ਸਰ ਅਗਰ ਮੈਂ ਗੱਲ ਕਰਾਂ ਬੇਸਿਕਲੀ ਸਟਾਰਟਿੰਗ ਸਟਾਰਟਿੰਗਸ ਤਾਂ ਮੇਰਾ ਜੀ ਵੀ ਨਹੀਂ ਸੀ ਲੱਗਿਆ ਵੀ ਇੱਥੇ ਆਪਾਂ ਆ ਗਏ ਪਰ ਜਦੋਂ ਅਸੀਂ ਡੈਡੀ ਨਾਲ ਗੱਲ ਕਰਦੇ ਹੁੰਦੇ ਸੀਗੇ ਤਾਂ ਡੈਡੀ ਇਹ ਹੀ ਕਹਿੰਦੇ ਹੁੰਦੇ ਸੀ ਮਨਪ੍ਰੀਤ ਵੀ ਜੇ ਤੂੰ ਅੱਜ ਕੋਈ ਹਾਰਡ ਵਰਕ ਕਰ ਲਿਆ ਤਾਂ ਤੇਰਾ ਕੱਲ ਆਉਣ ਵਾਲਾ ਬਹੁਤ ਸੌਖਾ ਹੋਊਗਾ। ਜਿਵੇਂ ਕਿ ਕੱਲ ਤੇਰੇ ਵਾਸਤੇ ਅੱਜ ਬਹੁਤ ਜ਼ਿਆਦਾ ਹਾਰਡ ਹਾਰਡ ਮਤਲਬ ਟਾਈਮ ਚੱਲ ਰਿਹਾ ਕੱਲ ਨੂੰ ਤੂੰ ਵਧੀਆ ਟਾਈਮ ਸਪੈਂਡ ਕਰ ਸਕਿਆਂ ਆਪਦੀ ਜ਼ਿੰਦਗੀ ਦੇ ਵਿੱਚ ਨਹੀਂ ਤਾਂ ਫਿਰ ਅੱਜ ਜੇ ਤੂੰ ਸੋਚੇਂਗੀ ਮੈਂ ਸੌਫਟ ਕੰਮ ਕਰ ਲਾਂ ਜਾਂ ਬਸ ਮੈਂ ਦੂਜੀਆਂ ਕੁੜੀਆਂ ਵਾਂਗੂ ਸੋਚਾਂ ਵੀ ਮੈਂ ਤਾਂ ਬਸ ਕੁਰਸੀ ਤੇ ਬੈਠ ਕੇ ਕੰਮ ਕਰਨਾ ਜਾਂ ਵੀ ਮੈਨੂੰ ਸਿਰਫ ਵੀ ਵਧੀਆ ਜਿਹਾ ਮਾਹੌਲ ਚਾਹੀਦਾ ਵੀ ਉਹ ਤੇਰੇ ਵਾਸਤੇ ਅੱਗੇ ਵਾਲਾ ਟਾਈਮ ਸਹੀ ਨਹੀਂ ਹੋਣਾ ਮਤਲਬ ਇਹ ਤਾਂ ਫਿਰ ਤੂੰ ਇਹ ਸੋਚਿਆ ਕਰੇਂ ਕਿ ਕਾਸੇ ਜੀ ਹਾਰਡਵਰਕ ਕਰਦੇ ਕੁਝ ਹੋਰ ਸੋਚ ਕਰ ਸਕਦੇ ਆਪਣੀ ਲਾਈਫ ਦੇ ਵਿੱਚ ਤਾਂ ਕਰਕੇ ਬਸ ਉਹਨਾਂ ਦੀਆਂ ਇਹ ਨਾ ਚੀਜ਼ਾਂ ਕਰਕੇ ਅਸੀਂ ਇੱਥੇ ਆਏ ਹੋਇਆ ਔਰ ਇਹ ਹਾਰਡਵਰਕ ਕਈ ਵਾਰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕੰਮ ਨਾ ਕਰੀਏ ਜਾਂ ਥੱਕ ਜਾਂਦਾ ਬੰਦਾ ਫਿਰ ਇਹ ਚੀਜ਼ ਸੋਚਦੀ ਹੈ ਵੀ ਆਪਣੇ ਪੇਰੈਂਟਸ ਵੀ ਤਾਂ ਥੱਕੇ ਹਾਰੇ ਸੌਂਦੇ ਆ ਫਿਰ ਵੀ ਉੱਠ ਕੇ ਉਹਨਾਂ ਨੂੰ ਜਾਣਾ ਬੰਦਾ ਚਾਹੇ ਉਹਨਾਂ ਦਾ ਕੁਝ ਦੁੱਖਦਾ ਨਹੀਂ ਦੁੱਖਦਾ ਬਸ ਉਹਨਾਂ ਚੀਜ਼ ਤੋਂ ਮੋਟੀਵੇਸ਼ਨ ਲੈ ਕੇ ਅਸੀਂ ਫਿਰ ਕੰਮ ਨੂੰ ਚੱਲ ਪੈਂਦੇ ਆ ਠੀਕ ਇੱਥੇ ਕਿੰਨੀਆਂ ਕੁੜੀਆਂ ਤੁਸੀਂ ਲਗਭਗ ਅਸੀਂ 8-9 ਕੁੜੀਆਂ ਹੈਗੀਆਂ ਵਰਕਸ਼ਾਪ ਦੇ ਵਿੱਚ ਉੱਪਰ ਹੋਰ ਜ਼ਿਆਦਾ ਸਟਾਫ ਹੈਗਾ ਠੀਕ ਹੈ ਤੁਹਾਡੀ ਰਹਿਸ਼ ਕਿੱਥੇ ਦੀ ਆ ਇੱਥੇ ਅਸੀਂ ਫਤਿਹਬਾਦ ਹਰਿਆਣੇ ਤੋਂ ਆ ਜੀ ਠੀਕ ਆ ਹਾਂਜੀ ਉੱਥੋਂ ਫਿਰ ਕਿੰਨਾ ਟਾਈਮ ਬਾਅਦ ਹੈ ਇੱਥੇ ਤੁਸੀਂ ਆਉਂ ਨਹੀਂ ਜਾਂਦੇ ਉਧਰ ਅਗਰ ਮੈਂ ਗੱਲ ਕਰਾਂ ਵੈਸੇ ਤਾਂ ਮੈਂ ਸਾਲ ਵਿੱਚ ਦੋ ਵਾਰ ਹੀ ਘਰੇ ਗਈਆਂ ਹੁਣ ਮੈਨੂੰ 7 ਤੋਂ 8 ਮਹੀਨੇ ਹੋ ਗਏ ਮੈਂ ਘਰੇ ਹੀ ਨਹੀਂ ਗਈ ਅੱਛਾ ਹਾਂਜੀ ਇੱਥੇ ਰਹਿਨੇ ਆ ਨਹੀਂ ਫਿਰ ਮੰਮੀ ਦੇਰ ਕੰਮ ਤੋਂ ਅੱਕ ਗਿਓ ਨਹੀਂ ਨਹੀਂ ਅੱਕੇ ਤਾਂ ਕਦੇ ਵੀ ਨਹੀਂ ਆ ਸਮਾਂ ਦੀ ਸਾਨੂੰ ਹੋਰ ਜ਼ਿਆਦਾ ਐ ਐ ਵੀ ਅਸੀਂ ਹੋਰ ਜ਼ਿਆਦਾ ਕੰਮ ਸਿੱਖੀਏ ਵੀ ਅੱਗੇ ਵਧਦੇ ਰਹੀਏ ਮਤਲਬ ਇੱਥੋਂ ਅਸੀਂ ਜਦੋਂ ਵੀ ਜਾਈਏ ਅਸੀਂ ਇੱਕ ਕੰਮ ਚ ਮਾਹਰ ਹੋ ਕੇ ਨਾ ਜਾਈਏ ਮਤਲਬ ਜੇ ਸਾਨੂੰ ਇੱਕ ਕੰਮ ਨਹੀਂ ਆਉਂਦਾ ਅਸੀਂ ਅਗਲੇ ਨੂੰ ਐ ਕਹਦੀਏ ਵੀ ਸਾਨੂੰ ਦੂਜਾ ਕੰਮ ਆਉਂਦਾ ਅਸੀਂ ਮਤਲਬ ਇੰਨਾ ਕੁ ਮਸ਼ੀਨਾਂ ਦੇ ਵਿੱਚ ਖੇਡ ਲਈਏ ਕਿ ਕਿੱਥੇ ਵੀ ਸਾਨੂੰ ਕਹ ਦੇਣ ਤੁਸੀਂ ਆਹ ਮਸ਼ੀਨ ਆਪਰੇਟ ਅਸਵੇਂ ਹਸੀ ਹਰ ਇੱਕ ਕੰਮ ਸਿੱਖ ਕੇ ਜਾਣਾ ਇਥੋਂ ਇੱਕ ਕੰਮ ਚ ਨਹੀਂ ਪਰਫੈਕਟ ਹੋਣਾ ਮਨਪ੍ਰੀਤ ਦੀ ਉਮਰ ਛੋਟੀ ਜੀ ਆ ਤੇ ਸਪਨੇ ਬਹੁਤ ਵੱਡੇ ਵੱਡੇ ਨੇ ਇਹ ਪਿੱਛੇ ਕੋਈ ਪ੍ਰੇਰਨਾ ਸਰੋਤ ਕਹਾਣੀ ਸੁਣੀ ਹੋਈ ਹੈ ਤੁਸੀਂ ਨੇ ਜਾਂ ਕੋਈ ਮਨ ਦੇ ਵਿੱਚ ਇੱਕ ਵੱਡਾ ਸੁਪਨਾ ਕ੍ਰੀਏਟ ਕੀਤਾ ਹੋਵੇ ਨੇ ਸਰ ਕਹਾਣੀ ਤਾਂ ਕੀ ਹੈ ਮਤਲਬ ਕਿ ਨਾ ਕੁਝ ਕੁਝ ਉਹ ਜੇ ਸਿਚੁਏਸ਼ਨਾਂ ਹੋ ਜਾਂਦੀਆਂ ਨੇ ਜਿਹੜਾ ਬੰਦੇ ਨੂੰ ਮਤਲਬ ਸੋਚਣ ਦੇ ਮਜਬੂਰ ਕਰ ਦਿੰਦੇ ਨੇ ਜਾਂ ਕੁਝ ਮੇਰੇ ਛੋਟੇ ਹੁੰਦੇ ਤੋਂ ਹੀ ਸਭ ਤੋਂ ਅਲੱਗ ਰਹੇ ਨੇ ਡ੍ਰੀਮ ਮਤਲਬ ਕਿ ਜਿਹੜਾ ਕੁਝ ਸਾਹਮਣੇ ਵਾਲਾ ਸੋਚਦਾ ਮਤਲਬ ਕੋਈ ਹੋਰ ਕੁੜੀ ਸੋਚਦੀ ਉਹ ਤੋਂ ਓਪੋਜ਼ਿਟ ਹੀ ਚੱਲਦੀ ਆ ਮੈਂ ਜਿਵੇਂ ਹੁਣ ਮੈਨੂੰ ਆਏ ਵੀ ਮੈਨੂੰ ਜਿੰਨਾ ਮਰਜੀ ਹਾਰਡਵਰਕ ਦੇ ਦੋ ਮੈਂ ਉਹ ਕਰਨਾ ਮੈਨੂੰ ਆਏ ਨਹੀਂ ਆਉਂਦਾ ਮਨ ਚ ਵੀ ਯਾਰ ਮੈਨੂੰ ਸੌਫਟਵਰਕ ਦੇ ਦੋ ਮੈਂ ਸੌਫਟ ਕੰਮ ਕਰਨਾ ਨਹੀਂ ਮੈਨੂੰ ਜਿੰਨਾ ਵੀ ਦੇ ਦੋ ਵੀ ਮੈਂ ਉਹ ਕੰਮ ਕਰੂੰਗੀ ਹੁਣ ਕਈ ਬੰਦੇ ਇਹ ਕਹਿੰਦੇ ਨੇ ਵੀ ਇਹ ਕੰਮ ਕੁੜੀਆਂ ਦਾ ਹੈ ਨਹੀਂਗਾ ਕਰਨ ਵਾਲਾ। ਹਾਂ ਸਾਡੇ ਏਰੀਆ 'ਚ ਅਸੀਂ ਜਾਣਦੇ ਹਾਂ। ਬਿਲਕੁਲ ਬਿਲਕੁਲ। ਅਸੀਂ ਜਾਣਦੇ ਹਾਂ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਇਹ ਕੰਮ ਕਿਉਂ ਕਰਨ ਲੱਗੇ? ਇਹ ਤਾਂ ਮੁੰਡਿਆਂ ਦਾ ਕੰਮ ਹੈ। ਫਿਰ ਮੈਂ ਕਿਹਾ ਕੁੜ ਜੇ ਮੈਂ ਕੁੜੀ ਹੋ ਕੇ ਉਹ ਕੰਮ ਨਹੀਂ ਕਰ ਸਕੀ ਮੇਰੇ ਕੁੜੀ ਹੁੰਦਾ ਫਾਇਦਾ ਕੀ? ਤੁਹਾਨੂੰ ਪਤਾ ਕਿਵੇਂ ਲੱਗੋ ਵੀ ਇੱਕ ਕੁੜੀ ਵੀ ਮੁੰਡੇ ਦੇ ਬਰਾਬਰ ਕੰਮ ਕਰ ਸਕਦੀ ਹੈ। ਉਹ ਤਾਂ ਐਡਵਾਂਸ ਵੀ ਕਰ ਸਕਦੀ ਆ। ਤੁਹਾਨੂੰ ਪਤਾ ਕਿਵੇਂ ਲੱਗੂਗਾ? ਉਹ ਕਹਿੰਦੇ ਆ ਵੀ ਸ਼ਾਇਦ ਤੁਹਾਡੇ ਦਿਮਾਗ ਫਰਕ ਮੁਰਕ ਪੈ ਗਿਆ ਤੁਸੀਂ ਇਹ ਕੰਮਾਂ 'ਚ ਲੱਗ ਗਏ। ਪਰ ਮੈਨੂੰ ਵਧੀਆ ਲੱਗਦਾ ਜਦੋਂ ਲੋਕ ਆਏ ਕਹਿੰਦੇ ਨ ਸਕਦੇ ਜਾਂ ਉਹਨਾਂ ਨੂੰ ਇਹ ਹੋ ਗਿਆ ਵੀ ਹਾਂ ਵੀ ਇਸ ਲਾਈਨ ਦੇ ਵਿੱਚ ਕੁਝ ਜ਼ਿਆਦਾ ਇੰਟਰਸਟ ਲੈ ਕੇ ਕੰਮ ਕਰ ਰਹੇ ਨੇ ਵੀ ਲੱਤਾਂ ਖਿੱਚਣ ਵਾਲੇ ਬਹੁਤ ਮਿਲਦੇ ਨੇ ਉਹ ਹੱਥ ਫੜ ਕੇ ਲੈ ਜਾਣ ਵਾਲਾ ਕੋਈ ਨਹੀਂ ਮਿਲਦਾ ਉਹ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਨਹੀਂ ਹੁੰਦੇ ਅਸੀਂ ਪੋਜ਼ਿਟਿਵ ਹੀ ਰਹਿਨੇ ਆਂ ਇਸ ਕੰਮ ਨੂੰ ਲੈ ਕੇ ਜਦੋਂ ਤੁਹਾਡੇ ਆਣ ਗਵਾਂਣ ਚ ਲਾ ਲੋ ਜੇ ਰਿਸ਼ਤੇਦਾਰੀ ਚ ਪਤਾ ਲੱਗਿਆ ਵੀ ਮਨਪ੍ਰੀਤ ਪੰਜਾਬ ਦੇ ਵਿੱਚ ਚੱਲ ਗਈ ਇੱਕ ਇੰਡਸਟਰੀ ਦੇ ਵਿੱਚ ਤੇ ਜੋ ਕਿ ਡੇ ਟੂ ਡੇ ਵਧ ਰਹੇ ਨੇ ਹਾਂਜੀ ਤੁਸੀਂ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਵਧ ਰਹੀ ਹੈ ਇੰਡਸਟਰੀ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਵਧ ਰਹੀ ਹੈ ਹਾਂਜੀ ਤਾਂ ਉਸ ਸਮੇਂ ਆਣਗਵਾਂ ਦਾ ਲਾਲੋ ਜਾਂ ਲੋਕਾਂ ਦਾ ਲਾਲੋ ਜਾਂ ਰਿਸ਼ਤੇਦਾਰਾਂ ਦਾ ਲਾਲੋ ਕਿਦਾਂ ਦਾ ਰਿਸਪੌਂਸ ਰਿਹਾ ਕੀ ਉਹਨਾਂ ਨੇ ਕਮੈਂਟ ਕੀਤਾ ਕਮੈਂਟ ਉਹਨਾਂ ਦਾ ਰਿਸਪੌਂਸ ਬਹੁਤ ਹੀ ਖਰਾਬ ਰਿਹਾ ਮਤਲਬ ਕਿ ਸਾਡੇ ਆਣਗਵਾਂ ਦੀ ਮੈਂ ਗੱਲ ਕਰਾਂ ਮਤਲਬ ਲਾਈਕ ਉਹ ਐਂ ਕਹਿੰਦੇ ਸੀ ਵੀ ਜਸਟ ਪਲੱਸ 2 ਹੋ ਗਈ ਵੀ ਇਹਦੇ ਘਰ ਦੇ ਹਾਲ ਤਾਂ ਠੀਕ ਨਹੀਂ ਹੈਗੇ ਤਾਂ ਕੁੜੀ ਨੂੰ ਵਿਆਹ ਦੋ ਮਤਲਬ ਕਿ ਬਸ ਮਤਲਬ ਉਹਦੇ ਅੱਗੇ ਘਰੇ ਜਾਊਗੀ ਉੱਥੇ ਉਹਨੇ ਰੋਟੀਆਂ ਹੀ ਪਕਾਉਣੀਆਂ ਨੇ ਹੋਰ ਤਾਂ ਕੰਮ ਕਰਨਾ ਹੀ ਕੀ ਆ ਨੇ ਤੇ ਸਾਡੇ ਜਿਹੜੇ ਰਿਸ਼ਤੇਦਾਰਾਂ ਦਾ ਸੀ ਉਹਨਾਂ ਦਾ ਇਹ ਸੀਗਾ ਵੀ ਜ਼ਿਆਦਾ ਨਹੀਂ ਤਾਨੂੰ ਆਇਲਸ ਕਰਾ ਕੇ ਬਾਹਰ ਭੇਜ ਦੋ ਵੀ ਕੋਈ ਵਧੀਆ ਮ ਮੇਰੇ ਡੈਡੀ ਨੇ ਇਹ ਸੋਚਿਆ ਸੀਗਾ ਵੀ ਨਹੀਂ ਅਗਰ ਮੇਰੇ ਬੱਚੇ ਮਤਲਬ ਉਹਨਾਂ ਦਾ ਮੈਂ ਇਹ ਸੋਚੀ ਮੇਰੇ ਡੈਡੀ ਜਿਹੜੇ ਡ੍ਰੀਮ ਨਹੀਂ ਪੂਰੇ ਕਰ ਸਕੇ ਮੈਂ ਕਰਨੇ ਆ ਉਹਨਾਂ ਦੇ ਮੇਰੇ ਡੈਡੀ ਇਹ ਸੋਚਦੇ ਨੇ ਕਿ ਮੇਰੇ ਬੱਚੇ ਇੱਕ ਐ ਉਹਦੇ ਮਕਾਮ ਤੇ ਪਹੁੰਚ ਜਾਣ ਵੀ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਡਣਾ ਵੀ ਵੀ 10 ਰੁਪਏ ਵੀ ਦੇ ਦੋ ਮਤਲਬ ਕਿ ਅਸੀਂ ਆਪਦੇ ਡ੍ਰੀਮਸ ਪੂਰੇ ਕਰਨੇ ਨੇ ਉਹਨਾਂ ਨੂੰ ਵਧੀਆ ਲਾਈਫ ਦੇਣੀ ਹੈ ਸੋਸ਼ਲ ਮੀਡੀਆ ਨੂੰ ਕਿੰਨਾ ਮਤਲਬ ਚਲਾਉਨੇ ਹੋ ਟਾਈਮ ਮਿਲਦਾ ਚਲਾਉਣ ਦਾ ਜਾਂ ਨਹੀਂ ਸਰ ਸੋਸ਼ਲ ਮੀਡੀਆ ਦੇ ਮੇਰੇ ਬੱਚੇ ਜਿਹੜੇ ਟਾਈਮ ਜ਼ਿਆਦਾ ਖਰਚ ਕਰ ਰਹੇ ਨੇ ਉਹ ਚੀਜ਼ ਤੇ ਸਰ ਸੋਸ਼ਲ ਮੀਡੀਆ ਦਾ ਐਵੇਂ ਵੀ ਸੋਸ਼ਲ ਮੀਡੀਆ ਐਵੇਂ ਹੈਗਾ ਵੀ ਅਸੀਂ ਚਲਾਉਂਦੇ ਨਹੀਂ ਆ ਅਸੀਂ ਯੂਜ਼ ਕਰਦੇ ਆ ਵੀ ਉਹਨਾਂ ਕੇ ਜਿੰਨਾ ਸਾਨੂੰ ਲੋਡ ਹੈਗੀ ਆ ਜਿਵੇਂ ਕਿ ਅਸੀਂ ਹੁਣ ਆਪਦੇ ਕੰਮ ਦੇ ਮੁਤਾਬਿਕ ਆਪਦੇ ਕੰਮ ਨਾਲ ਰਿਲੇਟਡ ਮੈਂ ਆਪਦੇ ਵੀਡੀਓ ਪਾਉਂਦੀ ਰਹਿੰਦੀ ਆ ਬਸ ਮੈਨੂੰ ਵਧੀਆ ਲੱਗਦਾ ਵੀ ਸੋਸ਼ਲ ਮੀਡੀਆ ਤੇ ਮੈਂ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਾਂ ਤੇ ਮੈਂ ਬਾਕੀ ਮੈਂ ਇਹੀ ਕਹੂੰਗੀ ਜਿਹੜੇ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨੇ ਸੋਸ਼ਲ ਮੀਡੀਆ ਚੋਂ ਨਿਕਲਣਾ ਤੇ ਕੁਝ ਵੀ ਨਹੀਂ ਆਪਾਂ ਜਸਟ ਸਕਰੋਲਿੰਗ ਕਰ ਰਹੇ ਆ ਆਪਾਂ ਉਹਨਾਂ ਨੂੰ ਮਤਲਬ ਉਹਨਾਂ ਦੇ ਪੈਸੇ ਕਮਾਉਂਦਾ ਜ਼ਰੀਆ ਬਣੇ ਹੋਏ ਆਂਗੇ ਤੇ ਮੈਂ ਹੀ ਕਹਾਂਗੀ ਉਹਨਾਂ ਨੂੰ ਕਿ ਬਈ ਤੁਸੀਂ ਆਪਦਾ ਸੋਸ਼ਲ ਮੀਡੀਆ ਤੋਂ ਟਾਈਮ ਜਿੰਨਾ ਹੋ ਸਕਦਾ ਘਟਾਓ ਜਿਹੜੀ ਤੁਹਾਡੇ ਚ ਸਕਿੱਲ ਹੈ ਉਹਨੂੰ ਬੈਟਰ ਕਰ ਲਓ ਕਿਉਂਕਿ ਹਰ ਇੱਕ ਬੰਦੇ ਦੇ ਵਿੱਚ ਕੁਝ ਨਾ ਕੁਝ ਪਰਮਾਤਮਾ ਨੇ ਪਾ ਕੇ ਹੀ ਭੇਜਿਆ ਵੀ ਤੁਸੀਂ ਇਸ ਫੀਲਡ ਵਿੱਚ ਅੱਗੇ ਜਾ ਸਕਦੇ ਕੁਝ ਨਾ ਕੁਝ ਹੁਨਰ ਹੁੰਦਾ ਵੀ ਉਹਨੂੰ ਪਛਾਣੋ ਤੇ ਉਹਦੇ ਵਿੱਚ ਕੰਮ ਕਰਨਾ ਸ਼ੁਰੂ ਕਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਤੁਹਾਨੂੰ ਕੋਈ ਇਹ ਨਾ ਪੁੱਛੇ ਵੀ ਤੁਹਾਡਾ ਸਟੇਟਸ ਕੀ ਹੈ ਥੋੜੇ ਮਤਲਬ ਸਟੇਟਸ ਕਹਿੰਦਾ ਮਤਲਬ ਇਹ ਹੈ ਵੀ ਤੁਹਾਡਾ ਕਿੰਨਾ ਕੁ ਬੈਂਕ ਬੈਲੈਂਸ ਹੈ ਕਿ ਇਹ ਚੀਜ਼ਾਂ ਪੁੱਛਣਾ ਨਾ ਬੰਦੇ ਦਾ ਕੰਮ ਬੋਲੇ ਵੀ ਹਾਂ ਭਾਈ ਇਹਨੇ ਇੰਨਾ ਕੁਝ ਕਮਾ ਲਿਆ ਜ਼ਿੰਦਗੀ ਦੇ ਵਿੱਚ ਉਮਰ ਮੈਟਰ ਨਹੀਂ ਕਰਨੀ ਉੱਥੇ ਉੱਥੇ ਸਿਰਫ ਬੰਦੇ ਦਾ ਇਹ ਲੱਗੇ ਵੀ ਤੁਰਾ ਜਾਂਦਾ ਹਾਂ ਹਾਂ ਭਈ ਉਹ ਫਲਾਣਾ ਬੰਦਾ ਜਾਂਦਾ ਉਹਨੇ ਆਹ ਕਰਿਆ ਆਵਦੀ ਜ਼ਿੰਦਗੀ ਦਾ ਅਚੀਵ ਉਹ ਚੀਜ਼ਾਂ ਤੇ ਮਤਲਬ ਗੌਰ ਕਰੋ ਹਨਾ ਜੇ ਤੁਸੀਂ ਚਲਾਉਣਾ ਵੀ ਹੈ ਸੋਸ਼ਲ ਮੀਡੀਆ ਤੇ ਵਧੀਆ-ਵਧੀਆ ਚੀਜ਼ਾਂ ਦੇਖੋ ਸਾਡੇ ਜੈ ਸਿੰਘ ਸਰ ਦੇ ਬਹੁਤ ਸਾਰੇ ਇੰਟਰਵਿਊਜ਼ ਨੇ ਜਿੰਨਾਂ ਵਿੱਚ ਉਹਨਾਂ ਨੇ ਬਹੁਤ ਸਾਰੀ ਨੌਲੇਜ ਦਿੱਤੀ ਉਹ ਦੇਖੋ ਤੁਹਾਨੂੰ ਬਹੁਤ ਚੀਜ਼ਾਂ ਮਿਲ ਉਹ ਆਇਆ ਜੀ ਕਰਿਆ ਬਸ ਚੱਲੀ ਜਾਂਦਾ ਉਹਨਾਂ ਦਾ ਉਹਨਾਂ ਨੂੰ ਮੇਰਾ ਇਹੀ ਮੈਸੇਜ ਹੈ ਵੀ ਆਪਦੇ ਹੋਂਰ ਨੂੰ ਪਛਾਣੋ ਤੇ ਅੱਗੇ ਵਧੋ ਤੁਸੀਂ ਇੱਥੇ ਰਹਿ ਰਹੇ ਹੋ ਤੇ ਇੱਥੇ ਫਿਰ ਕਿੰਨਾ ਖਰਚਾ ਆ ਜਾਂਦਾ ਰਹਿਣ ਦਾ ਨਹੀਂ ਜੀ ਇੱਥੇ ਘਰ ਚ ਦਾ ਕੋਈ ਨਹੀਂ ਜਦੋਂ ਅਸੀਂ ਆਇਆ ਫ੍ਰੀ ਆਫ ਕੋਸ ਮੇਰੀ ਸਟੱਡੀ ਚੱਲ ਰਹੀ ਹੈ ਫ੍ਰੀ ਆਫ ਕੋਸ ਅਸੀਂ ਰਹਿਨੇ ਆਂ ਖਾਣਾ ਪੀਣਾ ਸਭ ਕੁਝ ਸਾਡਾ ਸਰਵਰ ਵੱਲੋਂ ਸਰਵਰ ਵੱਲੋਂ ਹਾਂਜੀ ਕੀ ਦੇ ਸੁਪਨਾ ਕੀ ਹੈ ਵੱਡਾ ਗੱਲਾਂ ਤੁਹਾਡੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਨੇ ਐਨੀ ਉਮਰ ਦੇ ਵਿੱਚ ਜਦ ਕੀ ਬੱਚੇ ਨੇ ਕਰਨਾ ਤਾਂ ਦੂਰ ਦੀ ਗੱਲ ਆ ਉਹ ਸੋਚ ਵੀ ਨਹੀਂ ਸਕਦੇ ਹੁੰਦੇ ਕਿਉਂਕਿ ਜਦੋਂ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਆ ਨਾ ਤੇ ਨੇਚਰ ਹੀ ਗੱਲ ਆ ਕਿ ਸਾਡਾ ਕੁਦਰਤ ਵੀ ਸਾਥ ਦਿੰਦੀ ਆ ਉਹ ਬਣਨਾ ਸ਼ੁਰੂ ਹੋ ਜਾਂਦਾ ਹਾਂਜੀ ਤੇ ਤੁਸੀਂ ਤਾਂ ਇੱਕ ਡ੍ਰੀਮ ਨੂੰ ਬਹੁਤ ਵੱਡਾ ਡ੍ਰੀਮ ਆ ਤੁਹਾਡੇ ਮਾਈਂਡ ਦੇ ਵਿੱਚ ਮਤਲਬ ਇਨ ਫਿਊਚਰ ਕੀ ਕਰਨਾ ਚਾਹੁੰਦੇ ਹੋ ਕੀ ਪਲੈਨਿੰਗ ਹੈ ਬੇਸਿਕਲੀ ਸਾਡੇ ਕੰਮ ਦੇ ਅਕੋਰਡਿੰਗ ਤਾਂ ਮੈਂ ਇੱਕ ਮੈਟਲ ਸ਼ੀਟ ਡਿਜ਼ਾਈਨਰ ਬਣਨਾ ਚਾਹੁੰਦੀ ਆ ਤਾਂ ਕਿ ਮੈਂ ਕਿਸੇ ਵੀ ਚੀਜ਼ ਨੂੰ ਕਿੱਥੇ ਵੀ ਮੈਂ ਡਿਜ਼ਾਈਨ ਕਰ ਸਕਾਂ ਬੇਸਿਕਲੀ ਉਹ ਸੈਕਿੰਡ ਬਸ ਮੇਰਾ ਵੀ ਮੈਂ ਆਪਣੇ ਪੇਰੈਂਟਸ ਨੂੰ ਵਧੀਆ ਲਾਈਫ ਦੇਣੀ ਆ ਜਦੋਂ ਮੈਂ ਇਸ ਫੀਲਡ ਵਿੱਚ ਬਹੁਤ ਅੱਗੇ ਵਧ ਗਿਆ ਨਾ ਓਬਵੀਅਸਲੀ ਗੱਲ ਵਧੀਆ ਲਾਈਫ ਮਿਲ ਹੀ ਜਾਣੀ ਆ ਮੇਨ ਚੀਜ਼ ਮੇਰੀ ਇਹ ਹੈ ਕਿਉਂਕਿ ਮੈਂ ਉਹਨਾਂ ਨੂੰ ਹੀ ਲੈ ਕੇ ਇੱਥੇ ਆਈ ਹੋਈ ਆ ਹੋਰ ਕੋਈ ਚੀਜ਼ ਨਹੀਂ ਹੈਗੀ ਵੀ ਜਿਹੜੀ ਐ ਕਹਿੰਦੇ ਹੋਵੇ ਵੀ ਤੂੰ ਇੱਥੇ ਕਿਉਂ ਆ ਜਾਂ ਕਿਦਾਂ ਠੀਕ ਆ ਦੋਸਤੋ ਜਿਹੜੀ ਅਸੀਂ ਸਟਾਰਟਿੰਗ 'ਚ ਤੁਹਾਨੂੰ ਇੱਕ ਪਲੇਨ ਸ਼ੀਟ ਦਿਖਾਈ ਸੀ ਤੇ ਉਦੋਂ ਗੁੜੀਆਂ ਇਕੱٹری ਸੀ ਮਸ਼ੀਨ ਦੇ ਨਾਲ ਤੇ ਇਹਨਾਂ ਨੇ ਪਲੇਨ ਸ਼ੀਟ ਲੈ ਕੇ ਇੱਕ ਕੰਪਿਊਟਰਾਈਜ਼ਡ ਡਿਜ਼ਾਈਨ ਕਰਕੇ ਤੇ ਆਹ ਸਿਨਰੀ ਬਣੀਆਂ ਫਾਈਨਲ ਲਈ ਦੀ ਇਹ ਇੱਕ ਥੋੜਾ ਜਿਹਾ ਡੈਮੋ ਦਿਖਾਇਆ ਗੁੜੀਆਂ ਨੇ ਕਰਕੇ ਵੈਸਾ ਜਿਵੇਂ ਤੁਸੀਂ ਇੱਕ ਵੱਡੇ ਲੈਵਲ ਤੇ ਦਿਖਾਈਏ ਇਹਦੇ ਵਿੱਚ ਹਿਰਨ ਵੀ ਦਿਖਾਈ ਜਾ ਰਹੇ ਨੇ ਮਨਪ੍ਰੀਤ ਇਹ ਸ਼ੀਟ ਬਣਾਉਣੇ ਆਪਾਂ ਤਾਂ ਕਿੰਨਾ ਕ ਟਾਈਮ ਲੱਗਦਾ ਹੁੰਦਾ ਇਹਨਾਂ ਜੋ ਸਰ ਇਹ ਤਾਂ ਆਪਣੇ ਡਿਜ਼ਾਈਨ ਦੇ ਅਕੋਰਡਿੰਗ ਹੈ ਜਿੰਨਾ ਦਾ ਆਪਣਾ ਬਰੀਕ ਡਿਜ਼ਾਈਨ ਹੈ ਉਹਨਾਂ ਆਪਣਾ ਮਤਲਬ ਟਾਈਮ ਜ਼ਿਆਦਾ ਲਓਗੇ ਜਿੰਨਾ ਆਪਣਾ ਵਧੀਆ ਮਤਲਬ ਮੋਟਾ ਜਿਹਾ ਡਿਜ਼ਾਈਨ ਹੈ ਉਹਨਾਂ ਹੀ ਘੱਟ ਟਾਈਮ ਲਓਗੇ ਫਾਸਟ ਫਾਸਟ ਉਹ ਕੱਟ ਦਿੰਦੀ ਹੈ ਉਹਦੇ ਡਿਜ਼ਾਈਨ ਦੇ ਅਕੋਰਡਿੰਗ ਹੈ ਆਪਣੇ ਸ਼ੀਟ ਤੇ ਠੀਕ ਮੈਨ ਥੋੜਾ ਇਹੀ ਵਰਕ ਹੁੰਦਾ ਇੱਥੇ ਜਾਂ ਕੁਝ ਹੋਰ ਵੀ ਆ ਮੇਨ ਸਾਡੇ ਜਿਹੜੇ ਆਪਣੇ ਕੰਟਰੋਲ ਪੈਨਲਸ ਬਣਦੇ ਆ ਉਹਨਾਂ ਦੀ ਡਰਾਇੰਗਸ ਰੈਡੀ ਹੁੰਦੀਆਂ ਨੇ ਜਸਟ ਮੈਂ ਤੁਹਾਨੂੰ ਇੱਕ ਡੈਮੋ ਦਿੱਤਾ ਵੀ ਲੇਜ਼ਰ ਸਾਡੀ ਏਦਾਂ ਵਰਕ ਕਰਦੀ ਐ ਓਕੇ ਏਦਾਂ ਦੇ ਡਿਜ਼ਾਈਨ ਵੀ ਕੱਢ ਲੈਂਦੀ ਐ ਕਿਸੇ ਮਰਜ਼ੀ ਟਾਈਪ ਦਾ ਡਿਜ਼ਾਈਨ ਤੁਸੀਂ ਉਹਦੇ ਵਿੱਚ ਡਰਾ ਕਰੋ ਉਹੀ ਤੁਹਾਨੂੰ ਬਣਾ ਕੇ ਦੇ ਦੋਗੇ ਜਸਟ ਮੈਂ ਇੱਕ ਦਿੱਤਾ ਵੀ ਇੱਕ ਤਾਂ ਹੁੰਦਾ ਆ ਹਾਂ ਵੀ ਬਹੁ ਬਰੀਕੇ ਨਾਲ ਤੇ ਵਧੀਆ ਡਿਜ਼ਾਈਨ ਕੱਢਿਆ ਹੋਇਆ ਤਾਂ ਉਹ ਚੀਜ਼ ਮੈਂ ਬਣਾ ਕੇ ਦਿੱਤੀ ਤੁਹਾਨੂੰ ਓਕੇ ਓਕੇ ਹਾਂਜੀ ਦੋਸਤੋ ਇੱਕ ਫਾਈਨਲ ਸ਼ੀਟ ਬਣ ਕੇ ਤਿਆਰ ਹੋ ਗਈ ਤੇ ਇਹ ਸਾਰਾ ਜੀ ਆਪਾਂ ਕਹਿ ਦਈਏ ਵੀ ਸਾਰਾ ਇਹ ਬਿਸ਼ੀਸ਼ੀ ਵਰ ਚੱਲ ਰਹੀ ਹੈ ਤੁਸੀਂ ਸਕਰੀਨ ਦੇ ਹੱਥ ਤੇ ਵੋਟਾ ਰਹੇ ਹੋ ਇਹਨਾਂ ਨੇ ਕੀ ਉਹ ਵਰਕ ਕਰ ਰਹੀ ਹੈ ਇਹ ਸਾਰੀ ਚੀਜ਼ ਤੇ ਨੀਚੇ ਬਾਕੀ ਮਨਪ੍ਰੀਤ ਬਹੁਤ ਵਧੀਆ ਲੱਗੇ ਬੇਟੇ ਥੈਂਕ ਯੂ ਜੁਗਨਿਆ ਨੇ ਇਹਨਾਂ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜੋ ਸੀ ਵਟਸਐਪ ਤੇ ਜਾਂ ਕਿਤੇ ਵੀ ਸਟੇਟਸ ਪਾਉਨੇ ਆ ਉਹ ਸਾਡੀ ਇਮੇਜ ਨੂੰ ਸ਼ੋ ਕਰਦਾ ਪਰ ਇਹਨਾਂ ਨੇ ਇੱਕ ਹੋਰ ਸਾਡੀ ਸੋਚ ਤੋਂ ਵੀ ਵੱਡੀ ਗੱਲ ਕਹੀ ਤੀ ਕਹਿੰਦੇ ਜੇ ਬੰਦਾ ਤੁਰਿਆ ਜਾ ਰਿਹਾ ਹੋਵੇ ਉਹਨੂੰ ਦੱਸਣਾ ਨਾ ਪਵੇ ਕਿ ਬੰਦਾ ਸਟੇਟਸ ਕੀ ਆ ਜਾਂ ਬੰਦੇ ਦਾ ਕੰਮ ਕੀ ਆ ਉਹਦਾ ਕੰਮ ਬੋਲੇ ਤੇ ਉਹੀ ਇਹ ਆਪਣੇ ਮਾਈਂਡ ਦੇ ਵਿੱਚ ਲੈ ਕੇ ਚੱਲੇ ਨੇ ਆਪਣੇ ਮਾਪਿਓ ਦੀ ਜਿਹਤੇ ਰਿਸਪੈਕਟ ਕਰ ਰਹੇ ਨੇ ਉਹਨਾਂ ਦੀ ਸੋਚ ਨੂੰ ਵੀ ਬਹੁਤ ਦੂਰ ਤੱਕ ਲੈ ਜਾਣਾ ਚਾਹੁੰਦੇ ਨੇ ਕਿ ਮੈਂ ਅਸੀਂ ਆਪਣੇ ਮਾਪਿਓ ਨੂੰ ਬਹੁਤ ਵੱਡਾ ਇੱਕ ਮੈਸੇਜ ਆ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੇਸ਼ਨ ਦੇ ਵਿੱਚ ਗਲਤਾਨ ਹੋ ਰਹੀ ਆ ਡੇ ਟੂ ਡੇ ਇਹ ਬੱਚੀ ਦਾ ਇੱਕ ਬਹੁਤ ਵੱਡਾ ਮੈਸੇਜ ਆ ਕਿ ਮੈਂ ਜੋ ਡ੍ਰੀਮ ਲੈ ਕੇ ਚੱਲੀ ਆ ਮੇਰੀ ਲਾਈਫ ਦਾ ਨਹੀਂ ਮੇਰੀ ਲਾਈਫ ਦਾ ਏਮ ਮੇਰੇ ਮਾਪਿਓ ਨੂੰ ਹਰ ਇੱਕ ਪਲ ਦੀ ਖੁਸ਼ੀ ਦੇਣਾ ਸੋ ਦੋਸਤੋ ਅਸੀਂ ਵੀ ਆਪਣੇ ਐਸੇ ਡ੍ਰੀਮ ਲੈ ਕੇ ਚੱਲੀਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਜਾਂ ਆਉਣ ਵਾਲੀ ਜਨਰੇਸ਼ਨ ਜੋ ਆ ਉਹ ਇਸ ਰਸਤੇ ਤੇ ਚੱਲ ਕੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਕਾਮ ਹਾਸਲ ਕਰੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਸੋ ਮਿਲ ਜਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਦਿਓ ਇਜਾਜ਼ਤ ਮਨਪ੍ਰੀਤ ਦੇ ਬੱਚੇ ਥੈਂਕ ਯੂ ਥੈਂਕ ਯੂ ਸੋ ਮਚ